माशाल्लाह दो मिस्त्री दो मजदूर लगे न डांस का काम जरा ज्यादा खत्म होएगा पहला मसा भी बड़ी सपोर्ट कर रहे हैं इंशाल्लाह भी काम जरा ना अच ਕਿਉਂਕਿ ਰਮਜ਼ਾਨ ਨਜ਼ਦੀਕ ਆ ਰਿਹਾ ਅਸੀਂ ਇਹ ਕੰਮ ਸਪੀਡ ਨਾਲ ਖਤਮ ਕਰ ਰਹੇ ਹਾਂ ਕੋਈ ਬੋਲ ਰਿਹਾ ਥੋੜ੍ਹੇ ਟੇੜੇ ਲਾ ਦਿੱਤੇ ਉਲਾਮਾ ਸਾਹਿਬ ਦੱਸ ਰਹੇ ਜੋ ਸਿੱਧਾ ਕੀਤਾ ਜਾਏ ਡਾਕਟਰ ਜ਼ਾਕਰ ਸਾਹਿਬ ਖਿੜਕੀਆਂ ਨੇ ਬੰਦ ਕਰ ਦੇਣਾ ਜਗ੍ਹਾ ਤੇ ਖਿੜਕੀਆਂ ਲੱਗਣ ਲੇਬਰ ਅਸੀਂ ਵਧਾ ਦਈਏ ਮਿਸਤਰੀ ਵਧਾ ਕੇ ਕੰਮ ਇਹ ਸਭ ਤੁਹਾਡਾ ਖਸੂਸੀ ਤਾਵਨ ਦੇ ਨਾਲ ਹੋਰ ਅੱਲਾਹ ਪਾਕ ਕਬੂਲ ਕਰ ਪਾਏ ਪਹਿਲਾ ਸੂਰਜ ਪੁਸ਼ਤਾ ਚੀਮਾ ਅਮੈਰੀਕਾ ਵਾਲੇ ਜਿਹੜੇ ਭਾਈ ਅਕਰਮ ਸਾਹਿਬ ਦੇ ਦੋਸਤ ਨੇ ਅਤੇ ਉਹਨਾਂ ਨੇ ਦੋ ਦਫ਼ਾ ਸਾਨੂੰ ਬੜੀ ਮਦਦ ਵਾਸਤੇ ਡੋਨੇਸ਼ਨ ਦਿੱਤੀ ਤਕਰੀਬਨ 10 ਲੱਖ ਤੋਂ ਜ਼ਿਆਦਾ ਉਹਨਾਂ ਨੇ ਸ਼ੁਕਰ ਅਦਾ ਕਰਦੇ ਅੱਲਾਹ ਪਾਕ ਉਹਨਾਂ ਦੇ ਬਿਜ਼ਨਸ ਵਿੱਚ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਅਤਾ ਫਰਮਾਏ ਆਮੀਨ ਸਾਖ ਚੀਮਾ ਸਾਹਿਬ ਨੂੰ ਦੁਬਾਰਾ ਜਦੋਂ ਮੈਂ ਬੜੀ ਖੁਸ਼ੀ ਹੋਈ ਉਹਨਾਂ ਨੂੰ ਜਵਾਬ ਕਿਹਾ ਕਿ ਰਿਕੁਐਸਟ ਨਾ ਕਰੋ ਮੈਨੂੰ ਹੁਕਮ ਕਰੋ ਅੱਲਾਹ ਪਾਕ ਦਾ ਹੀ ਦਿੱਤਾ ਆ ਸਾਰਾ ਜਿਹਦੇ ਵਿੱਚੋਂ ਬੰਦੇ ਜਿੰਨੇ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਅੰਦਾਜ਼ ਕਰਨਾ ਜੋ ਇਹ ਬੜਾ ਕੰਮ ਹੋ ਰਿਹਾ ਸ਼ੀਸ਼ਿਆਂ ਦੇ ਟੇਬਲ ਲੱਗੀ ਆ ਟੁੱਟੇ ਸਭ ਅੱਛੇ ਜਾਂ ਸਾਹਿਬ ਸਕੇਨ ਵਾਲੇ ਹੋ ਤੁਹਾਡੀ ਵੀ ਸਪੈਸ਼ਲ ਦਿਲਚਸਪੀ ਸੀ ਇਸ ਕੰਮ ਵਿੱਚ ਅੱਲਾਹ ਪਾਕ ਨੇ ਤੁਹਾਨੂੰ ਵੀ ਤਫੀਕ ਦਿੱਤੀ ਤੁਹਾਨੂੰ 2 ਦਫ਼ਾ ਬੜੀ ਵੱਡੀ ਅਮਾਊਂਟ ਭੇਜੀ ਤਕਰੀਬਨ 2-3 ਲੱਖ 3 ਲੱਖ ਤੋਂ ਜ਼ਿਆਦਾ ਤੁਸੀਂ ਭੇਜ ਦਿੱਤੇ ਨੇ ਜਿਹੜੇ ਅੱਗੇ ਪਿੱਛੇ ਅਤੇ ਯੂਨਾਨ ਵਾਲੇ ਹੋ ਜਾ ਸਾਹਿਬ ਤੁਸੀਂ ਵੀ ਸਪੋਰਟ ਕੀਤੀ ਹੈ ਤੁਹਾਡੀ ਬਹੁਤ ਮਿਹਰਬਾਨੀ ਅਤੇ ਇਨਸ਼ਾਅੱਲਾ ਰਮਜ਼ਾਨ ਉਲ ਮੁਬਾਰਕ ਇਸ ਮਹੀਨੇ ਅਸੀਂ ਐਸੇ ਆਮ ਦੇ ਵਿੱਚ ਮਸਲੇ ਕਰਵਾ ਕੇ ਵੀ ਦੁਬਾਰਾ ਭਰਾਵੀ ਵਗੈਰਾ ਇੱਥੇ ਖੜੀ ਜਾਏ ਸਾਰਿਆਂ ਦਾ ਬਹੁਤ ਸ਼ੁਕਰੀਆ ਮੈਨੂੰ ਉਮੀਦ ਹੈ ਕਿ ਅਸੀਂ ਜਿਹੜੇ ਤੁਸੀਂ ਭੇਜੇ ਇਹਦੇ ਵਿੱਚ ਵੀ ਕੰਮ ਜਿਹੜਾ ਮੁਕੰਮਲ ਕਰ ਸਕਾਂਗੇ ਅੰਦਰ ਅੰਦਰ ਬਰਾਮ ਦੇ ਤੋਂ ਅੰਦਰ ਅੰਦਰ ਵਾਲਾ ਅਤੇ ਉਸ ਤੋਂ ਬਾਅਦ ਵਾਲਾ ਜਿਹੜਾ ਨਾ ਫਿਰ ਤੁਹਾਨੂੰ ਰਿਕੁਐਸਟ ਕਰ ਲਵਾਂਗੇ ਜਾਂ ਤੁਸੀਂ ਆਪਣਾ ਜ਼ੇਰ ਬਣਾ ਲਓ ਕਿ ਕੁਛ ਦੁਬਾਰਾ ਤੁਹਾਡਾ ਪੈਸਾ ਕਬੂਲ ਕੀਤਾ
ਜਿਹੜੇ ਐਕਸੈਪਟ ਹੁੰਦੇ ਨੇ ਉਹਦੇ ਹੀ ਆਉਂਦੇ ਨੇ। ਸਾਰੀਆਂ ਪਾਸਿਆਂ ਦਾ ਫਰਸ਼ ਪਾਇਆ, ਸਾਰਾ ਪਾਸਾ ਪਾਇਆ, ਫਰਸ਼ ਪਾਇਆ, ਇਹਦੇ ਥੱਲੇ ਜਿਹੜੀਆਂ ਇੱਟਾਂ ਲੱਗੀਆਂ ਨੇ। ਸਾਡੇ ਕਿਸੇ ਦੋਸਤ ਨੇ, ਡਾਕਟਰ ਸਾਹਿਬ ਨੇ ਪੁੱਛਿਆ ਰਸਤੇ 'ਚ ਕਿਸੇ ਦੇ ਰੋੜੇ ਇੱਟਾਂ ਪਈਆਂ ਸਾਨੂੰ ਫਾਲਤੂ, ਉਹਨਾਂ ਨੂੰ ਕਿਹਾ ਜੀ ਇਹ ਰੋੜੇ ਇੱਟ ਸਾਨੂੰ ਦੇ ਦਿਓ ਬਸ ਇਹਦੇ ਵਾਸਤੇ। ਉਹਨਾਂ ਕਿਹਾ ਜੀ ਅਸੀਂ ਨਹੀਂ ਦੇਣੇ। ਉਹ ਅਸੀਂ ਫਿਰ ਭੱਠੇ 'ਤੇ ਲੈ ਜਾ ਕੇ ਵਾਪਸੀ ਤਾਂ ਨਾਲ ਵੇਖਿਆ ਕਿ ਉਹ ਲੋਕ ਉਹੀ ਰੋੜੇ ਜਿਹੜੇ ਨੇ ਉਹਨਾਂ ਨੂੰ ਬਾਹਰ ਸੁੱਟਦੇ ਨੇ ਅਤੇ ਕੋਈ ਉਠਾ ਕੇ ਲੈ ਜਾਏ। ਸ਼ਾਇਦ ਅੱਲਾ ਪਾਕ ਨੇ ਕਬੂਲ ਨਹੀਂ ਹੱਲ ਕੀਤੇ ਅਤੇ ਫਿਰ ਕਿਸੇ ਹੋਰ ਨੇ ਪੈਸੇ ਦਿੱਤੇ, ਉਹ ਵਾਲੀ ਆ ਰੋੜੇ ਇੱਟਾਂ ਉਹ ਐਸ ਫਰਸ਼ 'ਤੇ ਲੈ ਕੇ। ਅਤੇ ਅੱਲਾ ਪਾਕ ਨੂੰ ਜਿਹਦੀ ਜਿਹੜਾ ਪੈਸਾ ਕਬੂਲ ਹੁੰਦਾ, ਜਿਹਦਾ ਮਸਜਿਦ 'ਚ ਐਕਸੈਪਟ ਹੋਣਾ ਹੁੰਦਾ, ਉਹ ਹੀ ਉਹ ਤਫੀਕ ਦਿੰਦਾ, ਉਹਨੂੰ ਤਫੀਕ ਮਿਲਦੀ ਹੈ ਅਤੇ ਉਹਦਾ ਹੀ ਪੈਸਾ ਲੱਗਦਾ, ਇਸ ਲਈ ਕਿੱਦਾਂ ਨਹੀਂ ਲੱਗ ਸਕਦਾ। ਬਸ ਤੁਹਾਡੀਆਂ ਦੁਆਵਾਂ ਨਾਲ ਸਪੋਰਟ ਤਾਂ ਹੋ ਗਈ ਹੈ, ਇਨਸ਼ਾਅੱਲਾ ਕਾਮਯਾਬ ਮੁਕੰਮਲ ਜਲਦੀ ਤੋਂ ਜਲਦੀ ਹੋ ਜਾਏਗਾ। ਮਹਿਰਾਬ ਖੜ੍ਹਾ ਅਤੇ ਆਊਟਰ ਵਿਊ ਤੁਸੀਂ ਦੇਖ ਸਕਦੇ ਕਿੰਨੀ ਪਿਆਰੀ ਲੱਗੇਗੀ। ਜਿਹੜੇ ਨੈਕਸਟ ਕੰਮ ਕੰਪਲੀਟ ਹੋਣ ਤੋਂ ਬਾਅਦ ਫਿਰ ਅਪਡੇਟ ਦਿੱਤੀ ਜਾਏਗੀ। ਮੈਨੂੰ ਯਾਦ ਆ ਗਿਆ ਰਿਜ਼ਵਾਨ ਆਜ਼ਮ ਚੀਮਾ, ਅਵੈਸ ਆਜ਼ਮ ਚੀਮਾ ਸਾਹਿਬ ਅਤੇ ਜ਼ੀਸ਼ਾਨ ਆਜ਼ਮ ਚੀਮਾ ਸਾਹਿਬ, ਇਹਨਾਂ ਨੇ ਵੀ ਚੁੱਪ ਚਾਪ ਖੁਫੀਆ ਖੁਫੀਆ ਕਾਫੀ ਰਕਮ ਭੇਜੀ ਹੈ ਅਤੇ ਉਹ ਵੀ ਇੱਥੇ ਲੱਗ ਰਹੀ ਹੈ। ਇਨਸ਼ਾਅੱਲਾ ਉਹ ਵੀ ਇੱਥੇ ਸਾਰੀ ਲਾਈ ਜਾਏਗੀ। ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਅੱਲਾ ਪਾਕ ਉਹਨਾਂ ਦੇ ਵਾਰਦਾਰ ਨੂੰ ਜੰਨਤ ਅਲ ਫਿਰਦੌਸ ਆਲਾ ਵਰਫਾ ਮੁਕਾਮ ਦੇ ਲੋਕ ਜਿਹਦੇ ਦੋਸਤ ਅਖਬਾਰ ਦੇ ਨਾਲ ਸ਼ਾਮਿਲ ਕੀਤਾ, ਉਹਨਾਂ ਦੇ ਬਜ਼ੁਰਗਾਂ ਜਿਹੜੇ ਇਸ ਬਾਰੇ ਫਾਰਮ ਤੋਂ ਕੋਸ਼ਿਸ਼ ਕਰਕੇ ਉਹਨਾਂ ਦੀਆਂ ਕਾਲਾਂ ਨੂੰ ਕਾਬਲ ਕਰੀ ਜਾ ਰਹੇ ਕਬੂਲ ਫਰਮਾਏ ਫਰਮਾਏ ਸਾਹਿਬ, ਸਪੈਸ਼ਲੀ ਤੁਹਾਡਾ ਸ਼ੁਕਰੀਆ। ਤੁਸੀਂ 10 ਲੱਖ ਤੋਂ ਜ਼ਿਆਦਾ ਇਸ ਮਸਜਿਦ ਵਾਸਤੇ ਡੋਨੇਟ ਕੀਤੀ, ਤੁਹਾਡੇ ਪੈਸੇ ਲੱਗ ਅਸੀਂ ਜਿਹੜੀ ਓਪਨਿੰਗ ਕੀਤੀ ਸੀ ਮਸਜਿਦ ਦੇ ਕੰਮ ਦੀ, ਜਿਹੜਾ ਹੌਸਲਾ ਮਿਲਿਆ ਸੀ ਉਹ ਤੁਹਾਡੇ ਪੈਸਿਆਂ ਤੋਂ ਮਿਲਿਆ ਸੀ। ਇਹ ਬੜਾ ਵੱਡਾ ਕੰਮ ਸੀ, ਤੁਸੀਂ ਪਹਿਲਾਂ 5 ਲੱਖ ਜਿਹੜਾ ਭੇਜਿਆ ਉਹਦੇ 'ਤੇ ਤੁਸੀਂ ਹੌਸਲਾ ਖੜ੍ਹਿਆ ਅਤੇ ਅੱਜ ਕੰਮ ਜਿਹੜਾ ਕਿੱਥੇ ਦਾ ਕਿੱਥੇ ਪਹੁੰਚਿਆ। ਇਨਸ਼ਾਅੱਲਾ ਜਲਦੀ ਤੋਂ ਜਲਦੀ ਕੰਮ ਕਰਕੇ ਤੁਹਾਨੂੰ ਰਿਪੋਰਟ ਅਪਡੇਟ